ਪਈਆ ਨਾ ਦਿੱਤਾ ਹੋਏਗਾ ਜਿੰਨੇ ਕਦੀ ਉਹ ਕਹੇਗਾ, ਦੂਜਾ ਨਹੀਂ ਕਹੇਗਾ। ਜਿਹੜਾ ਸੇਵਾ ਕਰਨ ਵਾਲਾ ਉਹ ਤੇ ਬੋਲਦਾ ਹੀ ਨਹੀਂ, ਉਹ ਤੇ ਕਹਿੰਦਾ ਹੀ ਨਹੀਂ ਕਦੇ। ਦੂਸਰੀ ਗੱਲ ਇਹ ਆ ਗੁਰਮੁਖੋ ਮੇਰਾ ਫੈਸਲਾ ਨਹੀਂ, ਮਹਾਰਾਜ ਸਾਹਿਬ ਕਹਿੰਦੇ ਨੇ ਆਖਾਂ ਜੀਵਾਂ ਵਿਸਰੇ ਮਰ ਜਾ, ਆਖਣ ਔਖਾ ਸੱਚਾ ਨਾਉ। ਦੁਨੀਆਂ ਚ ਜੇ ਸਭ ਨਾਲ ਔਖਾ ਕੰਮ ਹੈ ਉਹ ਮਾਲਕ ਦਾ ਜਸ ਗਾਉਣਾ ਹੈ। ਇਹ ਜੇ ਸਾਰੇ ਨਾਮ ਜਪ ਲੈਣ ਫਿਰ ਏਡੇ ਏਡੇ ਪ੍ਰੋਗਰਾਮ ਕਰਨ ਦੀ ਕੀ ਲੋੜ ਹੈ, ਇਹ ਤੇ ਸੌਖਾ ਹੀ ਹੈ। ਤਿੰਨ ਘੰਟੇ ਸਿਨਮੇ ਚ ਬਹਿਣ ਵਾਸਤੇ ਸਾਰੇ ਜਮਨਾ ਨਗਰ ਦੇ ਸਿਨਮੇ ਚੈੱਕ ਕਰ ਲਓ, ਸਿੱਖਾਂ ਦੀ ਗਿਣਤੀ ਕਰ ਲਓ ਅੱਜ ਦੀ, ਕੋਈ ਇਸ਼ਤਿਹਾਰ ਨਹੀਂ, ਕੋਈ ਬਹੁਤਾ ਸਪੈਸ਼ਲ ਪ੍ਰੋਗਰਾਮ ਨਹੀਂ, ਟੋਟਲ ਕਰ ਲਿਓ ਸਿਨਮਿਆਂ ਚ ਜ਼ਿਆਦਾ ਬੈਠੇ ਹੋਣਗੇ ਇਸ ਵੇਲੇ। ਇੱਥੇ ਤਰਲੇ ਕਰ ਕਰ ਬਹਾਨੇ ਬਹਿ ਜਾਓ, ਹੱਥ ਜੋੜੀ ਜਾਂਦੇ ਬਹਿ ਜਾਓ, ਸਾਰਿਆਂ ਦਾ ਆਨੰਦ ਖਰਾਬ ਨਾ ਕਰੋ, ਟਿਕ ਜਾਓ ਉੱਥੇ, ਵੇਖੋ ਜਾ ਕੇ ਗਿਣਤੀ ਕਰਕੇ ਉੱਧਰ ਨੂੰ ਭੱਜੇ ਜਾਂਦੇ ਹਾਂ। ਤੇ ਗੁਰਮੁਖੋ ਸਭ ਨਾਲੋਂ ਔਖਾ ਹੀ ਹੈ ਮਾਲਕ ਦਾ ਜਸ ਗਾਉਣਾ ਸੁਣਨਾ, ਇਹ ਔਖਾ ਹੈ। ਵੇਖਣ ਵਾਲੇ ਕਹਿੰਦੇ ਜੀ ਸੌਖਾ ਹੈ, ਮੈਂ ਤੇ ਅਰਜ ਕਈ ਵਾਰੀ ਕਰਦਾ ਹੁੰਦਾ ਵੀ ਜਿਹੜਾ ਕਹਿੰਦਾ ਵੀ ਸੌਖਾ ਉਹਨੂੰ ਕਹਾਂਗਾ ਵੀ ਪੰਜ ਸੱਤ ਦਿਨ ਨਾਲ ਰਹਿ ਕੇ ਵੇਖ, ਫਿਰ ਪਤਾ ਲੱਗੇਗਾ ਵੀ ਸੌਖਾ ਹੈ ਕਿ ਔਖਾ। ਸਾਰੀ ਸਾਰੀ ਰਾਤ ਰੋੜਾਂ ਤੇ ਛੜਕਾਂ ਤੇ ਲੰਘ ਜਾਂਦੀ, ਪਤਾ ਹੀ ਨਹੀਂ ਲੱਗਦਾ ਕਦੋਂ ਦਿਨ ਚੜ ਜਾਂਦਾ ਕਦੋਂ ਰਾਤ ਪੈ ਜਾਂਦੀ। ਅਸੀਂ ਸਵੇਰੇ ਮੇਰਾ ਖਿਆਲ ਹੈ 4 ਵਜੇ ਅੱਪੜੇ ਹੋਵਾਂਗੇ ਰਾਤ, ਤੇ ਸਵੇਰ ਦੇ ਮੇਰੇ ਖਿਆਲ 2:30-2:30-3 ਵਜੇ ਅਸੀਂ ਫਿਰ ਇੱਧਰ ਨੂੰ ਤੁਰੇ ਹੋਏ ਵੀ ਜਮੁਨਾ ਨਗਰ ਪਹੁੰਚਣਾ ਹੈ, ਸਮੇਂ ਨਾਲ ਚੱਲੀਏ, ਵੇਲ ਨਾਲ ਜਾਣਾ ਹੈ। ਰੋਡਾਂ ਦੇ ਉੱਪਰ ਸੜਕਾਂ ਦੇ ਉੱਪਰ ਅੱਜ ਕੱਲ੍ਹ ਸੌਖਾ ਕਿਤੇ ਟ੍ਰੈਫਿਕ ਵੇਖੋ ਕਿਵੇਂ ਥਾਂ ਥਾਂ ਉੱਤੇ, ਤੇ ਅੱਜ ਜਮੁਨਾ ਨਗਰ ਦੁਆਨ ਹੈ, ਕੱਲ੍ਹ ਦਿੱਲੀ ਹੋਏਗਾ, ਪਰਸੋਂ ਕਲਕੱਤੇ ਹੋਏਗਾ, ਅਗਲੇ ਦਿਨ ਰਾਜਸਥਾਨ ਹੋਏਗਾ, ਕਿੱਡੇ ਕਿੱਡੇ ਲੰਬੇ ਸਫ਼ਰ ਹੁੰਦੇ ਨੇ। ਤੇ ਆਓ ਮੈਂ ਅਰਜ਼ ਕਰ ਰਿਹਾ ਸਾਂ ਕਿ ਜੇ ਤੁਸੀਂ ਕੰਮ ਕਰਨ ਵਾਲੇ ਹੋ ਵੇਲੇ, ਅਸੀਂ ਨਹੀਂ, ਅਸੀਂ ਵੀ ਕਿਤੇ ਨਾ ਕਿਤੇ ਪ੍ਰੋਗਰਾਮ ਹੁੰਦਾ ਹੈ, ਮਾਲਕ ਦਾ ਜਸ ਗਾਉਣਾ, ਪਰ ਇਹ ਵੀ ਤੇ ਸਤਿਗੁਰੂ ਦੀ ਕਿਰਪਾ ਨਾਲ ਹੀ ਹੋਏਗਾ। ਇਸ ਕਰਕੇ ਇਹ ਨਹੀਂ ਸਮਝਣਾ ਚਾਹੀਦਾ ਵੀ ਇਹ ਸੌਖਾ ਹੀ ਹੈ ਕੰਮ, ਐਸਾ ਨਹੀਂ ਹੁੰਦਾ। ਇਕਾਗਰਤਾ ਬਖਸ਼ੋ, ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬੈਠੇ, ਜਿੰਨਾ ਘਾਟਾ ਹੈ ਪ੍ਰਾਤ ਚ ਪਾ ਲੈ, ਉੱਤੇ ਰੱਖ ਕੱਪੜਾ, ਵਾਹਿਗੁਰੂ ਵਾਹਿਗੁਰੂ ਜਪੀ ਚੱਲ। ਉਹ ਬੀਬੀ ਪ੍ਰਸ਼ਾਦੇ ਪਕਾਉਣ ਲੱਗੀ, ਸੱਚੇ ਪਾਤਸ਼ਾਹ ਕੋਠੇ ਤੇ ਜਿਹੜੇ ਬੈਠੇ ਆ ਨਾ, ਉਹਨਾਂ ਨੂੰ ਆਵਾਜ਼ ਮਾਰ ਕੇ ਕਹਿੰਦੇ ਓਏ ਬਾਬੇ ਨਾਨਕ ਦਾ ਲੰਗਰ ਹੈ ਇਹ, ਤੇ ਤੁਸੀਂ ਕੋਠਿਆਂ ਤੇ ਕਿਉਂ ਬੈਠੇ ਹੋ ਚੜ ਕੇ, ਅਸੀਂ ਇਕੱਲੇ ਨਹੀਂ ਛਕਣਾ, ਤੁਸੀਂ ਆਓ ਆਪਾਂ ਸਾਰੇ ਛਕਨੇ, ਰਲ ਕੇ ਆ ਜਾਓ। ਕੋਠੇ ਤੋਂ ਆਵਾਜ਼ ਮਾਰ ਲਈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ, ਥੱਲੇ ਆ ਗਏ ਮੈਂ ਸਾਰੇ, ਪੰਗਤਾਂ ਲੱਗ ਗਈਆਂ, ਨਾਲੇ ਹੱਸਦੇ ਆ ਵੀ ਰੋਟੀ ਤੇ ਇਹਨਾਂ ਨੂੰ ਨਹੀਂ ਮਿਲਣੀ, ਇਹ ਸਾਨੂੰ ਵੀ ਸਾਦੀ ਜਾਂਦੇ ਨੇ ਵੀ ਆ ਜਾਓ, ਸਾਨੂੰ ਵੀ ਆਵਾਜ਼ਾਂ ਮਾਰੀ ਜਾਂਦੇ ਆ, ਪ੍ਰਸ਼ਾਦਾ ਤੇ ਇਹਨਾਂ ਦੇ ਛਕਣ ਜੋਗਾ ਆਟਾ ਨਹੀਂ ਹੈ ਘਰ ਵਿੱਚ। ਉਹਨਾਂ ਨੇ ਆ ਕੇ ਪੰਗਤਾਂ ਲਾ ਲਈਆਂ, ਨੀਵੀਆਂ ਪਾ ਪਾ ਹੱਸਦੇ ਆ ਵੀ ਗਰੀਬ ਨੇ, ਅਰਜ ਕਰਦਾ ਰਹਿੰਦਾ ਗੁਰਮੁਖੋ ਹੱਸਣਾ ਨਹੀਂ ਚਾਹੀਦਾ। ਕਬੀਰ ਗਰਭ ਨਾ ਕੀਜੀਏ, ਰੰਕ ਨਾ ਹੱਸੀਏ ਕੋਏ, ਅਜਿਹੋ ਸੁਣਾ ਉਹ ਸਮੁੰਦਰ ਮੈਂ ਕਿਆ ਜਾਣੋ ਕਿਆ, ਬੇੜੀ ਸਮੁੰਦਰ ਦੇ ਵਿਚਾਲੇ ਆ, ਕੀ ਪਤਾ ਕੰਢੇ ਲੱਗਣੀ ਕਿ ਨਹੀਂ ਲੱਗਣੀ, ਤੂੰ ਕਦੋਂ ਭਿਖਾਰੀ ਬਣ ਜਾਏਗਾ, ਤੈਨੂੰ ਕਦੋਂ ਘਾਟਾ ਪੈ ਜਾਣਾ ਹੈ, ਕਦੋਂ ਕੀ ਹੋ ਜਾਣਾ, ਕਿਹੜੀ ਬਿਮਾਰੀ ਤੇ ਸਾਰਾ ਪੈਸਾ ਉੱਡ ਜਾਣਾ ਤੇਰਾ, ਕਾਹਦਾ ਮਾਨ ਕਰਨਾ ਹੈ। ਇਹ ਬਾਣੀ ਦਾ ਸਿਧਾਂਤ ਹੈ, ਹੱਸਣਾ ਨਹੀਂ ਚਾਹੀਦਾ ਕਿਸੇ ਦੀ ਮਿਲੀ ਪੀਰ ਤੇ, ਹੱਸਣਾ ਨਹੀਂ ਚਾਹੀਦਾ
ਕਿਸੇ ਗਰੀਬ ਵੱਲ ਵੇਖ ਕੇ ਲੋਕ ਅਮੀਰ ਹੱਸਦੇ ਨੇ, ਇਹਦੇ ਕੱਪੜੇ ਕਿੱਦਾਂ ਦੇ ਹੋਏ, ਇਹਦਾ ਬਹਿਣਾ ਕਿੱਦਾਂ ਦਾ, ਮਜ਼ਾਕ ਉਡਾਉਂਦੇ ਨੇ। ਇੱਕੋ ਲੋਕ ਵੀ ਨੇ ਨਹੀਂ ਮਾਇਆ ਕਰਮਾਂ ਚ ਗਰੀਬ ਨੇ, ਤੇ ਕਿਸੇ ਦੇ ਮੁਕੱਦਰਾਂ ਵੱਲ, ਕਿਸੇ ਦੀ ਮਿਹਨਤ ਵੱਲ ਵੇਖ ਕੇ ਸੜਦੇ ਨੇ। ਇੱਕ ਉਹ ਨੇ, ਇੱਕ ਉਹ ਨੇ ਜਿਹੜੇ ਗਰੀਬ ਨੂੰ ਵੇਖ ਕੇ ਹੱਸਦੇ ਆ, ਇੱਕ ਉਹ ਨੇ ਜਿਨ੍ਹਾਂ ਨੇ ਡੱਕਾ ਤੋੜਨਾ ਹੈ ਨੀ, ਮਿਹਨਤ ਕਰਨੀ ਨੀ, ਪੜ੍ਹਾਈ ਕਰਨੀ ਨੀ, ਦੂਜਾ ਪੜ੍ਹ ਗਿਆ ਚੰਗੇ ਮਰਤਬੇ ਤੱਕ ਪਹੁੰਚ ਗਿਆ, ਚੰਗੇ ਸਕੂਲ ਵਿੱਚ ਲੱਗ ਗਿਆ, ਪ੍ਰੋਫੈਸਰ ਬਣ ਗਿਆ, ਟੀਚਰ ਬਣ ਗਿਆ, ਐਡਵੋਕੇਟ ਬਣ ਗਿਆ, ਸੋਹਣੀ ਗੱਡੀ, ਸੋਹਣਾ ਘਰ ਹੈ। ਦੂਜੀ ਗੱਲ ਦਾ ਵੀ ਖਿਆਲ ਰੱਖੋ, ਜੇ ਨਹੀਂ ਕੁਝ ਪੱਲੇ, ਓਏ ਮੱਚਣਾ ਨੀ ਚਾਹੀਦਾ ਕਿਸੇ ਦੇ ਮੁਕੱਦਰਾਂ ਤੇ, ਮੱਚਣਾ ਨੀ ਚਾਹੀਦਾ ਕਿਸੇ ਦੇ ਮੁਕੱਦਰਾਂ ਤੇ, ਮੱਚਣਾ ਨੀ ਚਾਹੀਦਾ ਚਾਹੀਦਾ। ਹੱਸਦੇ ਆ ਵੇਖ ਕੇ, ਨੀਵੀਆਂ ਪਾ ਪਾ ਕੇ, ਪਰ ਭੁੱਲ ਗਏ ਇਹਨਾਂ ਦੇ ਘਰ ਰੱਬ ਆਪ ਬੈਠਾ ਹੈ। ਇਹ ਨਹੀਂ ਸੀ ਪਤਾ ਉਹਨਾਂ ਨੂੰ, ਛੇਵੇਂ ਪਾਤਸ਼ਾਹ ਨੇ ਕਿਹਾ, ਬੀਬੀ ਨੇ ਪ੍ਰਸ਼ਾਦੇ ਪਕਾਏ, ਵਾਹਿਗੁਰੂ 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 ਜਪਦੀ ਪ੍ਰਸ਼ਾਦੇ ਪਕਾਉਂਦੀ ਗਈ, ਐਸੀ ਖੇਡ ਵਰਤੀ, ਪ੍ਰਸ਼ਾਦਾ ਤਿਆਰ ਕਰਕੇ ਥਾਲ ਪਰੋਸ ਕੇ ਛੇਵੇਂ ਪਾਤਸ਼ਾਹ ਸਾਹਮਣੇ ਕੀਤਾ। ਮਹਾਰਾਜ ਕਹਿੰਦੇ ਫੇਰ ਛਕਾਂਗੇ, ਪਹਿਲਾਂ ਪਿੰਡ ਵਾਲਿਆਂ ਨੂੰ ਛਕਾਓ, ਦੂਸਰੇ ਨੂੰ ਛਕਾ ਕੇ ਛਕਣਾ, ਇਹ ਗੁਰਮਤ ਕਹਿੰਦੀ ਹੈ। ਮਹਾਰਾਜ ਆਖਣ ਲੱਗੇ ਪਹਿਲਾਂ ਇਹਨਾਂ ਨੂੰ ਛਕਾਓ। ਭਾਈ ਪੱਲਾ ਕੱਲਾ ਵਰਤਾਵਾ ਸੀ, ਮਹਾਰਾਜ ਨੇ ਠਾ ਲਏ ਸਿੱਖ, ਕਹਿੰਦੇ ਫਲਾਣਿਆ ਤੂੰ ਵੀ ਉੱਠ ਜਾ, ਭਾਈ ਤੂੰ ਵੀ ਉੱਠ, ਤੂੰ ਵੀ ਠਾਏ ਹੋ, ਜਿਹੜੇ ਸਵਾਸ ਸਵਾਸ ਬਾਣੀ ਪੜਨ ਵਾਲੇ ਉਹ ਠਾਏ, ਉੱਠੋ ਫੜੋ ਬਾਲਟੀਆਂ, ਫੜ ਲਓ ਪ੍ਰਸ਼ਾਦੇ ਵਰਤਾਓ। ਇੱਕ ਤੇ ਪਕਾਰ ਹੀ ਸਿਮਰਨ ਵਾਲੀ, ਜਿਹਨੇ ਸਾਰੀ ਜ਼ਿੰਦਗੀ ਸਤਿਗੁਰੂ ਨਾਲ ਇੰਨਾ ਪਿਆਰ ਕੀਤਾ, ਸਾਰੇ ਜੱਗ ਨਾਲ ਲੜਦੀ ਰਹੀ, ਤੇ ਜਿਹੜੇ ਵਰਤਾਵੇ ਸੀ ਉਹ ਵੀ ਇਦਾਂ ਦੇ ਮਹਾਰਾਜ ਨੇ ਲਾ ਦਿੱਤੇ, ਜਿਹੜੇ ਰੋਮ ਰੋਮ ਕਰਕੇ ਜੁੜੇ ਹੋਏ ਸਨ, ਰੋਮ ਰੋਮ ਧਿਆਨ ਦਿਓ ਸਿਮਰਨ ਕਰਦੇ ਸੀ ਜਿਹੜੇ, ਉਹਨਾਂ ਹੱਥਾਂ ਦੇ ਵਿੱਚ ਜਦੋਂ ਵਰਤਾਉਣ ਵਾਸਤੇ ਤੁਰੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ, ਮਹਾਰਾਜ ਆਖਣ ਲੱਗੇ ਛਕਾਉਣ ਤੋਂ ਪਹਿਲਾਂ ਹੱਥ ਸੁੱਚੇ ਕਰਾ ਦਿਓ। ਹੱਥ ਸੁੱਚੇ ਕਰਾਏ,
ਰੰਗਿਆਂ ਹੋਇਆਂ ਨੇ ਕਮਾਈ ਵਾਲਿਆਂ ਨੇ ਹੱਥ ਕਾਹਦੇ ਸੁੱਚੇ ਕਰਾਏ, ਮਨ ਵੀ ਨਾਲ ਹੀ ਧੋਤੇ। ਵਰਤਦਾ ਗਿਆ ਲੰਗਰ, ਬੀਬੀ ਪਕਾਉਂਦੀ ਰਹੀ, ਸਭ ਨੇ ਛਕ ਲਿਆ, ਤੋਟ ਨਹੀਂ ਆਈ। ਪਿੰਡ ਵਾਲੇ ਛਕਦੇ ਗਏ, ਫਿਰ ਮਾਰਨ ਨੇ ਛਕਿਆ, ਜਿਹੜਾ ਛਕੇ ਗੁਰੂ ਕਾ ਲੰਗਰ ਕਮਾਈ ਵਾਲੇ ਹੱਥਾਂ ਦਾ ਬਣਿਆ। ਜੈਸਾ ਅੰਨ ਵੈਸਾ ਮਨ, ਜਿਹੋ ਜਿਹਾ ਬੰਦਾ ਛਕਦਾ ਹੈ ਨਾ ਉਹੋ ਜਿਹਾ ਮਨ ਹੋ ਜਾਂਦਾ ਗੁਰਮੁਖੋ। ਜਿਹੋ ਜਿਹਾ ਖਾਣਾ ਖਾਈਏ, ਇਸੇ ਕਰਕੇ ਕਹੀਦਾ ਵੀ ਭੋਜਨ ਇਹ ਜਿਹੜਾ ਹੈ ਇਹ ਬੜਾ ਮਹੱਤਵਪੂਰਨ ਵਿਸ਼ਾ ਹੈ ਸਾਡੀ ਜ਼ਿੰਦਗੀ ਚ। ਤੇ ਭੋਜਨ ਜਿਹੜਾ ਹੈ ਜਿੱਥੇ ਤਿਆਰ ਹੋਵੇ ਉੱਥੇ ਸਫਾਈ, ਸਫਾਈ ਸੱਚਾਈ ਤੇ ਖੁਦਾਈ, ਇਹਨਾਂ ਤਿੰਨਾਂ ਚੀਜ਼ਾਂ ਦਾ ਮੇਲ। ਜਿੱਥੇ ਭੋਜਨ ਬਣੇ ਉੱਥੇ ਸਫਾਈ ਹੋਵੇ, ਤੇ ਜਿਹਨਾਂ ਹੱਥਾਂ ਨਾਲ ਬਣਨਾ ਉਹ ਸਫਾਈ ਹੋਵੇ। ਜਦੋਂ ਬਣੇ ਉਸ ਵੇਲੇ ਗਾਲਾਂ ਨਾ ਕੱਢੀਆਂ ਜਾਣ, ਪੁੱਠਾ ਸਿੱਧਾ ਨਾ ਬੋਲਿਆ ਜਾਏ। ਉਸ ਵੇਲੇ ਜਪਜੀ ਸਾਹਿਬ, ਚੌਪੀ ਸਾਹਿਬ ਜਾਂ ਵਾਹਿਗੁਰੂ ਵਾਹਿਗੁਰੂ ਕਰਕੇ ਖਾਣਾ ਬਣਾਉਣਾ ਚਾਹੀਦਾ। ਉਹਦੇ ਨਾਲ ਉਹਦਾ ਅਸਰ ਮਨ ਉੱਤੇ ਮਨ ਪ੍ਰਭਾਵ ਕਬੂਲਦਾ। ਜਿਹੋ ਜਿਹਾ ਅੰਨ ਛਕਿਆ ਜਾਏ, ਜਿਹੋ ਜਿਹਾ ਪ੍ਰਸ਼ਾਦਾ ਛਕਿਆ ਜਾਏ, ਤੇ ਸੰਗਤੇ ਪ੍ਰਸ਼ਾਦਾ ਜਿਵੇਂ ਜਿਵੇਂ ਛਕਦੇ ਨੇ ਆ ਕੇ ਕੱਲਾ ਕੱਲਾ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਡਿੱਗੀ ਜਾਂਦਾ। ਕਹਿੰਦੇ ਸੱਚੇ ਪਾਤਸ਼ਾਹ ਭੁੱਲ ਹੋ ਗਈ, ਤੂੰ ਦਾਤਾ ਬਖਸ਼ਣ ਹਾਰ
ਪਾਤਸ਼ਾਹ ਸਿਮਰ ਮਰੀਦਾ ਢਾਡੀ ਆ ਸਤਿਗੁਰ ਬਖਸ਼ਣਦਾ। ਮਹਾਰਾਜ ਹਮੇਸ਼ਾ ਬਖਸ਼ਦੇ ਆਏ ਆ। ਗੁਰਮੁਖੋ ਇੱਕ ਬੀਬੀ ਰੰਗੀ ਹੋਈ ਨੇ ਸਾਰਾ ਨਗਰ ਤਾਰਿਆ। ਇੱਕ ਦ੍ਰਿੜਤਾ ਵਾਲੀ ਸੀ, ਕਹਿੰਦੀ ਸੀ ਕੋਈ ਗੱਲ ਨਹੀਂ, ਭਰੋਸਾ ਰੱਖ ਕੇ ਬੈਠੀ ਰਹੀ। ਇੱਕ ਦਿਨ ਮਹਾਰਾਜ ਆਏ, ਸਾਰੇ ਨਗਰ ਨੂੰ ਹੀ ਮਹਾਰਾਜ ਨੇ ਸਿੱਖੀ ਦੀ ਦਾਤ ਬਖਸ਼ੀ। ਹੁਣ ਤੱਕ ਉੱਥੇ ਉਹ ਸਥਾਨ ਕਾਇਮ ਕੀਤੇ ਹੋਏ ਨੇ। ਇਸ ਕਰਕੇ ਜਿਹੜਾ ਰੰਗਿਆ ਹੋਇਆ ਇਹ ਨਹੀਂ ਕਿ ਜੇ ਜਿਹੋ ਜਿਹੇ ਥਾਂ ਤੇ ਜਾਏ ਉਹੋ ਜਿਹਾ ਭੇਸ ਬਣਾ ਲਏ। ਬੀਬੀ ਬਾਣੀ ਪੜ੍ਹਨ ਵਾਲੀ, ਭਜਨ ਕਰਨ ਵਾਲੀ ਕਲੇਸ਼ ਤੇ ਨਾ ਕਰੇ, ਅਰਦਾਸ ਕਰਦੀ ਰਹੇ, ਆਪਣਾ ਭਜਨ ਪਾਠ ਨਿਤਨੇਮ ਸਵੇਰੇ ਦੁਪਹਿਰੇ ਜਦੋਂ ਮੌਕਾ ਲੱਗੇ ਉਸੇ ਵੇਲੇ ਕਰੇ, ਗੁਰਦੁਆਰੇ ਜਾ ਕੇ ਬੇਨਤੀਆਂ ਕਰਦੇ ਰਹਿਣਾ ਚਾਹੀਦਾ। ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅਰਦਾਸ ਤੂੰ ਕਰ, ਵੇਦ ਮਾਲਕ ਨੇ ਆਪੇ ਬਣਾ ਦੇਣੀ, ਆਪੇ ਪਰਿਵਾਰ ਜਿਹੜਾ ਸੋਚ ਵੀ ਨਹੀਂ ਸਕਦੇ ਇਹ ਜੁੜ ਜਾਏਗਾ। ਪੰਜ ਪੰਜ ਬੋਤਲਾਂ ਸ਼ਰਾਬ ਦੀਆਂ ਪੀਣ ਵਾਲਿਆਂ ਨੂੰ ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਕਰਦਿਆਂ ਵੇਖਿਆ। ਇਸ ਕਰਕੇ ਆਓ ਗੁਰਮੁਖੋ, ਜੁੜਨਾ ਹੈ, ਹੋਰਾਂ ਨੂੰ ਜੋੜਨਾ। ਅਰਦਾਸ ਹੋਏਗੀ, ਹੁਕਮਨਾਮੇ ਹੋਣਗੇ, ਸੱਚੇ ਪਾਤਸ਼ਾਹ ਜਾਣਗੇ, ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਆ।